ਬੰਦੇ ਦੀ ਜ਼ਿੰਦਗੀ ਚ ਹੁੰਦੇ ਨੇ ਚਾਰ ਪੜਾਅ, ਪਹਿਲਾ ਪਿਆਰ, ਦੂਜਾ ਵਿਆਹ, ਤੀਜਾ ਬੱਚਾ ਤੇ ਚੌਥਾ ਫੇਰ ਤੋਂ ਪਿਆਰ ਦਾ ਇੰਤਜ਼ਾਰ। ਬਿਆੰਤ, ਡੈਡੀ ਤੈਨੂੰ ਉਤੀ ਰਾਤ ਨੂੰ ਕੀ ਕੰਮ ਪੈ ਜਾਂਦਾ? ਓ ਮੇਰੇ ਉਈ ਖਾਜੀ ਹੋ ਰਹੀ ਸੀ। ਖਾਜ ਤਾਂ ਮੈਂ ਤੇਰੀ ਇੱਕ ਸਿਰ ਪੱਕੀ ਉਹ ਮਟਾ ਦੇਣੀ ਆ ਡੈਡੀ। ਉਹ ਤੂੰ ਕੀ ਕਰਨ ਨੂੰ ਫਿਰਦਾ ਹੈ? ਯਾਰ ਮੈਂ ਕੋਈ ਦੋਸਤ ਬਣਾਉਣੀ ਆ ਜਿਹਦੇ ਨਾਲ ਮੈਂ ਦਿਲ ਦੀਆਂ ਗੱਲਾਂ ਕਰ ਸਕਾਂ। ਹੋਲ ਤਾਂ ਤੇਰਾ ਫੇਸਬੁੱਕ ਤੇ ਅਕਾਊਂਟ, ਆਪਾਂ ਕੋਈ ਸੋਹਣੇ ਜਿਹੇ ਮੁੰਡੇ ਦੀ ਫੋਟੋ ਲਾਉਂਦੇ ਆ ਜਿਹਦੇ ਕਰਕੇ ਕੁੜੀਆਂ ਆਪਣੇ ਆਪ ਭੱਜ ਆਉਣ, ਨਾਲੇ ਤੂੰ ਬਚਾ ਰਹੇਗਾ। ਲੈ ਬਣਾਤਾ ਤੈਨੂੰ ਗੁਰਮੇਲ ਤੋਂ ਸੂਰਮਾ। ਗੁਰਮੇਲ ਫੋਨ ਤੇ ਕੀ ਕਰੀ ਜਾਂਦਾ? ਆੜਤੀ ਦਾ ਹਿਸਾਬ ਕਰਦੇ ਆ। ਜਿਵੇਂ ਖੁਸ਼ ਹੋ ਕੇ ਫੋਨ ਤੇ ਲੱਗਿਆ ਹੋਇਆ ਨਾ, ਮੈਨੂੰ ਤਾਂ ਲੱਗਦਾ ਤੇਰਾ ਹਿਸਾਬ ਨਾ ਕਰਦੇ। ਉਹ ਜੱਟ ਨੂੰ ਅੰਗਰੇਜ਼ੀ ਸਿਖਾਤੀ ਕੁੜੀਆਂ ਨੇ, ਇੱਕ ਨੇ ਤਾਂ ਮੈਨੂੰ ਸ਼ਰਿਆਂ ਫੇਸਬੁੱਕ ਤੇ ਲਿਖਤਾ ਸੀ ਕਿ ਫਸ ਜੂ। ਓਏ ਫਸ ਜੂ ਨਹੀਂ, ਓਏ ਗਾਲ ਕੱਢ ਦੇ ਅੰਗਰੇਜ਼ੀ ਚ। ਬਹਾਨੇ ਨਾਲ ਉਹਦੇ ਕੋਲ ਜਾ ਕੇ ਚੈੱਕ ਕਰੀ, ਤੂੰ ਉਹਦੇ ਫੋਨ ਤੇ ਝਾਤੀ ਮਾਰੀ ਤੇ ਜੇ ਕਿਤੇ ਉਹਨੇ ਕੰਨੀ ਕੱਟ ਲਈ ਫੇਰ ਸਮਝ ਲੈ ਮਾਮਲਾ ਗੜਬੜ ਹੈ। ਬੇਅੰਤ, ਸ਼ੇਰ ਅੱਗੇ ਬੱਕਰੀ ਬੰਦ ਹੋ ਤੇ ਸ਼ੇਰ ਬੱਕਰੀ ਨਾ ਖਾਵੇ, ਇਹਦਾ ਮਤਲਬ ਪਤਾ ਕੀ ਹੈ? ਕਿ ਉਹਨੇ ਨਾਮ ਲਿਆ ਹੋਇਆ। ਕਦੇ ਮੂੰਹ ਪਾਗਲੇ, ਸ਼ੇਰ ਬੱਕਰੀਆਂ ਖਾ ਖਾ ਕੇ ਰੱਜਿਆ ਪਿਆ। ਜੇ ਇਹਨੂੰ ਬੰਦਾ ਬਣਾਉਣਾ ਨਾ ਤਾਂ ਉਹੀ ਕਰ ਜੋ ਇਹ ਕਰ ਰਹੇ। ਲੈ ਖੋਲ ਤਾ ਤੇਰਾ ਫੇਸਬੁੱਕ ਅਕਾਊਂਟ, ਬਣ ਗਈ ਤੂੰ ਬੇਅੰਤ ਤੋਂ ਮਿੰਨੀ। ਉਹਦੀ ਆਵਾਜ਼ ਸੁਣਨ ਨੂੰ ਬੜਾ ਜੀ ਕਰਦਾ ਮੇਰਾ, ਆ ਫੋਨ ਤੇ ਲਿਖ ਲਿਖ ਕੇ ਸਵਾਜ ਨਹੀਂ ਆਉਂਦਾ ਮੈਨੂੰ। ਹੈਲੋ ਮਿੰਨੀ, ਮੈਂ ਬੋਲੂ ਸੂ ਤੇਰਾ ਸੁਰਮਾ। ਮੈਨੂੰ ਲੱਗਦਾ ਉਹਨੂੰ ਹਰਿਆਣਵੀ ਭਾਸ਼ਾ ਨਹੀਂ ਚੰਗੀ ਲੱਗੀ, ਅਗਲੀ ਵਾਰੀ ਭੋਜਪੁਰੀ ਟਰਾਈ ਕਰੀਏ। ਤੂੰ ਐਂ ਕਰ, ਫੋਨ ਮਾਰ। ਮੋਟਰ ਸੀ ਚੱਲੀ ਥੀ, ਬਰਤਨਾ ਕੀ ਆਵਾਜ਼ ਵੀ ਆਵੇ ਥੀ, ਰਸੋਈ ਮੈਂ ਥੇ ਗਏ। ਨੋ ਰਸੋਈ, ਉਹ ਮੈਂ ਹਵਾਈ ਜਹਾਜ਼ ਚਲਾ ਰਹੀ ਸੀ। ਪਾਇਲਟ ਅਗਲੀ ਪੈਰ ਤੋਂ ਤੋਪੀ ਮੇਰੇ ਅੱਥੂ। ਮੈਂ ਪੱਟੀ ਗਈ ਸ਼ਿੰਦੋ, ਉਹ ਤਾਂ ਗਿੱਪੀ ਗਰੇਵਾਲ ਬਣਿਆ ਫਿਰਦਾ। ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਆਪਾਂ ਨੂੰ ਇੱਕ ਵਾਰੀ ਮਿਲਣਾ ਪੈਣਾ। ਕੀ ਹੋਇਆ ਹੁਣ? ਕੁਛ ਨੀ, ਉਹੀ ਨਿਕਲ ਗਿਆ। ਕੱਲ ਨੂੰ ਮਿੰਨੀ ਨੂੰ ਮਿਲਦਾ ਹੋਏ, ਗੁਲਾਬ ਜਲ ਦੀਆਂ ਸ਼ੀਸ਼ੀਆਂ ਵਧੀਆ ਪਈਆਂ ਨੇ, ਇੱਕ ਪੀਲਮਾ। ਕਿਉਂ ਹੋ ਯਾਰ, ਕਈ ਵਾਰੀ ਬੰਦੇ ਦਾ ਪਦ ਪੁੱਤ ਨਿਕਲ ਜਾਂਦਾ, ਖੁਸ਼ਬੂ ਤਾਂ ਆਊਗੀ। ਮੇਰਾ ਹੁਣ ਰਿਸ਼ਤਿਆਂ ਤੋਂ ਮਨ ਭਰ ਗਿਆ। ਮੈਂ ਵੀ ਹੁਣ ਤੇਰੇ ਨਾਲ ਰਹਿਣਾ ਨਹੀਂ ਚਾਹੁੰਦਾ ਬੇਅੰਤ, ਵੱਖ ਹੋਣਾ ਮੈਂ ਤੇਰੇ ਤੋਂ। ਸੂਰਮਾ, ਜਿੱਦਾਂ 12 ਵਜੇ ਪੱਕਾ ਨਾ। ਤਾਇਆ, ਭੂਆ ਚੋਂ ਮੁਸ਼ਕ ਮਾਰਨ ਲੱਗ ਚੱਲਿਆ, ਫੂਕ ਕੇ ਵਿਹਲੇ ਹੁੰਦੇ ਆ। ਭੈਣੇ ਮੇਰੀ, ਫਿਰ ਫੂਕੀ ਨਾ, ਫਰਿੱਜ ਲਾ ਲਈ, ਦਰਵਾਜ਼ਾ ਖੋਲ ਖੋਲ ਕੇ ਪੁੱਛੀ ਜਾਈ, ਭੈਣੇ ਕਿਵੇਂ ਆ, ਭੈਣੇ ਕਿਵੇਂ ਆ, ਜਿੱਦਣ ਬੋਲ ਪਈ ਉਦੋਂ ਕੱਢ ਲਈ। ਜਲੰਧਰੋਂ ਭੂਆ ਦੀ ਕੁੜੀ ਨੇ ਆਉਣਾ ਅਜੇ, ਉਹ ਆ ਕੇ ਜੋਂਦੀ ਕਰ ਦੂਗੀ, ਫੂਕਣੀ ਤਾਂ ਫਿਰ ਵੀ ਪੈਣੀ ਹੋਈ ਆ ਨਾ। ਫੁਫੜਾ, ਪਾ ਭੂਆ ਨੂੰ ਹੱਥ, ਮਤਲਬ ਚੱਕ ਲਓ। ਗੁਰਮੇਲ ਭੱਜੀ ਕਿਉਂ ਜਾਂਦਾ? ਭੂਆ ਡਿੱਗ ਪੂਗੀ ਤੇ ਇਹਦੇ ਕਿਹੜਾ ਸੱਟ ਲੱਗਣੀ ਆ, ਚੱਕ ਕੇ ਫੇਰ ਪੌੜੀ ਤੇ ਸੱਟ ਲਾਂਗੇ। ਉਹ ਚਲੋ ਬਈ, ਜਾਂ ਹੁਣ ਭੂਆ ਸੁਰਗਾਂ ਤੱਕ ਛੱਡ ਕੇ ਆਉਣੀ ਆ। ਬਾਏ ਬਾਏ ਭੂਆ।